ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੇ ਐਲਾਨ ਕਰ ਦਿੱਤਾ, ਕਹਿਣ ਲੱਗੇ ਇਹ ਜਿਹੜਾ ਬਾਜ ਹੈ ਨਾ ਖੱਬੇ ਬਾਜ਼ੂ ਤੇ ਉੱਡਿਆ, ਉੱਡ ਕੇ ਫਿਰ ਸੱਜੇ ਬਾਜ਼ੂ ਤੇ ਬੈਠਾ ਹੈ। ਭਾਈ ਸਾਹਿਬ ਭਾਈ ਬਿਧੀ ਚੰਦ ਜੀ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਅੱਜ ਤੁਹਾਡਾ ਬਾਜ ਇੱਕ ਨਵੇਂ ਢੰਗ ਦਾ ਕੋਈ ਕੌਤਕ ਕਰ ਰਿਹਾ। ਸਤਿਗੁਰੂ ਜੀ ਨੇ ਮੁਸਕਰਾ ਕੇ ਆਖਿਆ, ਭਾਈ ਸਾਹਿਬ ਜੀ ਤੁਸੀਂ ਠੀਕ ਕਿਹਾ, ਇਹ ਬਾਜ ਕੱਲ ਦੱਸੇਗਾ ਕਿ ਕੀ ਹੋਣ ਵਾਲਾ ਜੀ। ਬਾਬਾ ਬੁੱਢਾ ਸਾਹਿਬ ਭਾਈ ਸਾਹਿਬ ਭਾਈ ਗੁਰਦਾਸ ਜੀ ਸਿੱਖ ਪੰਥ ਦੇ ਮਹਾਨ ਰਾਈਟਰ ਤੇ ਹੋਏ ਨੇ, ਮਗਰ ਦੁਨੀਆਂ ਦੇ ਰਾਈਟਰਾਂ ਨੂੰ ਉਹਨਾਂ ਨੇ ਮੰਨੀ। ਉਹਨਾਂ ਆਖਿਆ, ਸਤਿਗੁਰੂ ਕੱਲ ਕੀ ਫੈਸਲਾ ਹੈ? 25 ਜੇਠ 1685 ਦਾ ਦਿਨ ਚੜ੍ਹ ਗਏ, ਦਰਬਾਰ ਸੱਜੇ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਹੁਕਮ ਦਿੱਤਾ ਹੈ। ਕਹਿਣ ਲੱਗੇ, ਬਹਾਦਰੋ ਆਓ, ਅੱਜ ਇੱਕ ਨਵੇਂ ਧਰਮ ਯੁੱਧ ਵਿੱਚ ਪਹਿਲਾ ਕਦਮ ਰੱਖਣਾ ਹੈ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਭਾਈ ਗੁਰਦਾਸ ਨੇ ਬੜੀ ਡੂੰਘੀ ਤੇ ਸੁੰਦਰ ਗੱਲ ਆਖੀ ਹੈ। ਇੱਕੋ ਹੀ ਸਕੀਮ ਕਾਪੀ ਦਾ ਲੈਣਾ ਚਾਹਵਾਂ। ਉਹਨਾਂ ਨੇ ਜਦ ਕਹਿਣਾ, 5 ਪਿਆਲੇ 5 ਪੀਰ, ਕਈ ਵਾਰੀ ਸਵਾਲ ਹੋ ਜਾਂਦਾ ਹੈ ਵੀ 5 ਪੀਰ ਤੇ ਹੋਏ ਗੁਰੂ ਅਰਜਨ ਸਾਹਿਬ ਦਾ ਤਾਂ ਕਹਿਰ, 5 ਪੀਰ ਪਿਆਲੇ ਦਾ ਅਰਥ ਦੱਸੋ ਕੀ ਹੈ। ਕਈ ਵਾਰੀ ਸਾਡੇ ਸਵਾਲ ਹੋਇਆ, ਗਿਆਨੀ ਜੀ ਪਿਆਲਾ ਸ਼ਬਦ ਕਿਵੇਂ ਵਰਤਿਆ? ਪਿਆਲਾ ਤਾਂ ਭਾਸ਼ਾ ਸਾਡੀ ਪੰਜਾਬੀ ਦਾ ਆਮ। 5 ਪਿਆਲੇ 5 ਪੀਰ, 5 ਪੀਰ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ, ਤੇ ਪਿਆਲੇ ਦਾ ਅਰਥ 7 ਸੰਤੋਖ, ਦਇਆ, ਧਰਮ, ਧੀਰਜ, ਇਹਨਾਂ ਨਾਲ ਨੱਕੋ ਨੱਕ ਸਨ, ਪਰਿਵਾਰ ਪਰਉਛਲੇ ਸਨ। ਯਾਨੀ ਪਿਆਲੇ ਦਾ ਅਰਥ ਹੈ ਭਰਪੂਰ, ਤੇ ਭਰਪੂਰ ਕਾਹਦੇ ਨਾਲ? ਇਹਨਾਂ 5 ਚੀਜ਼ਾਂ ਨਾਲ, ਸੱਚ, ਸੰਤੋਖ, ਧਰਮ, ਧੀਰਜ, ਇਹਨਾਂ ਚੀਜ਼ਾਂ ਦੇ ਨਾਲ ਭਰਪੂਰ ਸਨ। ਇਹਦਾ ਅਰਥ ਭਾਈ ਸਾਹਿਬ ਭਾਈ ਗੁਰਦਾਸ ਨੇ ਇਹ ਦਿੱਤਾ, 5 ਪਿਆਲੇ 5 ਪੀਰ ਛਠਮ, 6ਵੇਂ ਗੁਰੂ ਹਰਗੋਬਿੰਦ ਸਿੰਘ ਆਖਿਆ ਛਠਮ ਪੀਰ ਬੈਠਾ ਗੁਰ ਭਾਰੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੇ ਆਖਿਆ, ਘੋੜਿਆਂ ਤੇ ਪਾਓ ਕਾਠੀਆਂ, ਘੋੜ ਸਵਾਰ ਬਹਾਦਰ ਸਰਦਾਰ, ਅੱਜ ਪਹਿਲਾ ਦਿਨ ਹੈ, ਇਹ ਮਾਲਾ ਫੇਰਨੀ ਹੈ ਗੁਰਗੱਦੀ। ਗੁਰੂ ਨਾਨਕ ਸਾਹਿਬ ਕਹਿੰਦੇ ਸਨ, ਨਾਮ ਜਪੋ, ਵੰਡ ਛਕੋ, ਕਿਰਤ ਕਰੋ, ਮਾਲਾ ਫੇਰੋ, ਝਗੜਾ ਨਹੀਂ ਹੋਇਆ। ਤੇ ਇੱਕ ਹੋਰ ਵੀ ਗੁਜ਼ਾਰਿਸ਼ ਹੈ, ਗੁਰੂ ਨਾਨਕ ਸਾਹਿਬ ਨੇ ਆਖਿਆ, ਅਸੀਂ ਇੱਕ ਦੇ ਪੁਜਾਰੀ ਹਾਂ, ਇੱਕ ਨੂੰ ਮੰਨਦੇ ਹਾਂ, ਨਾ ਹਮ ਹਿੰਦੂ ਨਾ ਮੁਸਲਮਾਨ। ਤੇ ਫਿਰ ਇੱਕ ਓਅੰਕਾਰ ਪਾ ਕੇ ਆਰੰਭਤਾ ਕਰ ਦਿੱਤੀ, ਇੱਕ ਦੇ ਪੁਜਾਰੀ ਹਾਂ। ਤੇ ਫਿਰ ਗੁਰੂ ਨਾਨਕ ਆਏ 10ਵੀਂ ਵਾਰ, 10 ਗੁਰੂ ਤੇ ਆਏ, ਉਹਨਾਂ ਦੇ ਵਕਤ ਦੇ ਮੁਤਾਬਕ ਕਿਹੜਾ ਕਿਹੜਾ ਜ਼ਾਲਮ ਬਾਦਸ਼ਾਹ ਆਇਆ, ਅੱਛਾ ਬਾਦਸ਼ਾਹ ਆਇਆ, ਕੌਣ ਆਇਆ, ਕਿਹੜਾ ਕਿਹੜਾ ਆਇਆ ਸੰਸਾਰ ਹਿੰਦੁਸਤਾਨ ਦਾ ਮਾਲਕ, ਉਹਦੇ ਮੁਤਾਬਕ ਸਾਹਮਣੇ ਹੋ ਕੇ ਵਿਚਰਨਾ ਪਿਆ ਗੁਰੂ ਨਾਨਕ ਸਾਹਿਬ ਨੂੰ। ਆਏ ਗੁਰੂ ਨਾਨਕ ਸਾਹਿਬ ਇਕੱਲੇ ਨੇ, ਔਰ 10 ਵਾਰ ਇਸ ਕਰਕੇ ਆਉਣਾ ਪਿਆ, ਹਿੰਦੁਸਤਾਨ ਦਾ ਧਾਰਮਿਕ ਮੁਲਕ 10ਵੀਂ ਵਾਰ ਆਉਣ ਤੱਕ ਸੁਧਰਦਾ ਨਹੀਂ ਸੀ। ਗੁਰੂ ਨਾਨਕ ਸਾਹਿਬ ਫਿਰ ਆਏ, ਫਿਰ 10ਵੀਂ ਵਾਰੀ ਆਏ, ਇੱਕ ਦੇ ਪੁਜਾਰੀ ਆ, ਅਸੀਂ ਇੱਕੋ ਹੀ ਸਾਡਾ ਗੁਰੂ ਆ, ਇੱਕ ਨੂੰ ਅਸੀਂ ਮੱਥਾ ਟੇਕਣਾ। ਤੇ 10ਵੇਂ ਨਾਨਕ ਨੇ ਪਹਿਲੀ ਇੱਕ ਲਿਖਿਆ, ਤੇ ਫਿਰ ਆ ਕੇ 10ਵੀਂ ਵਾਰ ਆਖਿਆ, ਆ ਗਿਆ ਭਾਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇੱਕ ਦੇ ਪੁਜਾਰੀ ਆ ਨਾ ਆਪਾਂ, ਤੋ ਆਓ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਿੱਖ ਸਰਦਾਰਾਂ ਬਹਾਦਰਾਂ ਨੇ ਘੋੜਿਆਂ ਨੂੰ ਲਾਈਆਂ ਰੈਦੀਆਂ, ਤੇ ਕਿਧਰ ਨੂੰ ਤੁਰੇ ਨੇ? 25 ਜੇਠ ਗਰਮੀ ਦਾ ਜ਼ੋਰ, 1685, ਕਹਿਣ ਲੱਗੇ ਬਹਾਦਰ ਅੱਜ ਪਹਿਲਾ ਧਰਮ ਯੁੱਧ, ਤੇ ਨਾਲ 25 ਜੇਠ 1685 ਨੂੰ ਬੀਬੀ ਵੀਰੋ ਜੀ ਦੀ ਸ਼ਾਦੀ ਹੈ। ਧਿਆਨ ਬਖਸ਼ਿਸ਼ ਕਰਨਾ, ਹਾਏ
ग्रंथ साहिब की महाराज के सिख बहादुर ने बात नहीं देता। गुरबचन सिंह फौजी 25,000, 30,000, 40,000 लाख नहीं। खैर आप जी नाल मेरी सांझ काफी समय तो रही है, होर भी संगतां नाल रही है, इतना समा बीत आया है, अगे पता नहीं सतगुरु नूं किन्ना रहिंदा है। बस इसे तरह सब तो वड्डा ते सानू तुहाडा प्यार चाहिए, तुहाडा सत्कार चाहिए, जिहड़ा सानू दे रहे हो उहदे विच सब कुछ सानू आ रहे। तो आओ मैं बेनती कर रहा साहब जी की सेवा विच, साहिब गुरु अर्जन साहब जी महाराज वापस आ गए ते शाहजहां जदों इह गल सुनी कहण लगा है शिखां ने बाज खोले। ओ कहिंदे बाज भी खोलिया ते इक गल होर आखी है, उन्होंने राज खोण दी गल भी कीती, जे राज बाज नूं छड्डो सहे नूं छड्डो पए दी गल करो। दिन चढ़िया जनरल मीटिंग बुलाई है, फौजी दस्ते बुला ले, बड़े बड़े जरनैल बुलाए, कहन लगा ओए सरकारी तनखाहां लैण वालियो रैंक लगे ने सरकारी राशन सरकारी पैसा वैसा सरकारी, और हिंदुस्तान के बादशाह एक सर डेरेदार वो कहे मैं हिंदुस्तान का राज कौन है, शायद वो अपने पिता की शहीदी भुल गई होवे। आ देखना जे साहिब गुरु अर्जन साहब सच्चे पातशाह महाराज ते महाराज हिंदुस्तान दा बादशाह कहिंदा मैं शहनशाह बादशाह, ते साहिब गुरु अर्जन पातशाह सच्चे पातशाह महाराज ने सिखा गया सिखो होमै नामै नाल विरोध है, दोए ना बसै इक थाए, अहंकार च नहीं आउणा निर्मता च रहना। ते फिर महाराज कहन लगा मैं सुनो मैं कौन हां, मैं गुरु नानक साहब जी दी गुरगद्दी दा सेवादार धन गुरु हरगोबिंद साहब महाराज निमरता। ते फिर शहनशाह कौन कह रहे हैं, दुनिया दे राइटर कहणगे पहले धर्म योद्धा नहीं पत्थर आपा रखना अजे रब दा है, ए सारी तैयारी हो रही है। शाहजहां बादशाह बस आप गुरुपा कह लगा हिंदुस्तान दा मैं बादशाह हुआ, ते राग तलंग ढाडी राग आप जी विच कह रहे नहीं, साहिब गुरु अर्जन साहिब जी महाराज के खिलाफ हिंदुस्तान दा बादशाह अपने कपड़े तो बाहर होके गल कर रहे हैं। कई बार असि कहने राग मिर्जा कह रहे हैं नहीं, मिर्जे तो अगे सीमत भाई साहब भाई गुरदास ने खत्म कर दी, लेला मजनू आशकी चो जक्की जाती राजा हीर पछाणिए, फिर सोच बीजे की गल की है सोनी महिवाल की गल की है। मिर्जा शब्द जरा ये हुए अर्थ हो असल राग तलंग ढाडी राग ओदे विच आप जी साहब ने ढाडी जथा पेश कर रहा है। शाहजहां दरबार लगा के अपने कर्मचारियों ने जोशीले पंथ सिखा ने गुरु के खिलाफ की कुछ कह रहे हैं ओदा जिक्र आप जी के सामने चार लाइनों में ढाडी जत्था है। क्यों Thank you.
ਅਤੇ ਅੱਜ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਕੇ 50-50, 100-100 ਰੁਪਇਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਗੰਭੀਰ ਸਾਹਿਬ, ਔਰ ਮੈਂ ਇਹ ਬੇਨਤੀ ਪਹਿਲੀ ਕਰਾਂ, ਹਾਂਜੀ ਮੇਰੀ ਸਾਰੇ ਨਿਗਾਹ ਵਿੱਚ ਨੇ, ਮੇਰੇ ਤਨ ਵਿੱਚ ਵਸ ਰਹੇ ਨੇ ਸੂਬੇਦਾਰ ਸਾਹਿਬ ਜੀ ਤੋਂ ਲੈ ਕੇ ਸਾਰੇ ਸੱਜਣ। ਤੋਂ ਕਈ ਵਾਰੀ ਅਰਦਾਸਾਂ ਤਕਰੀਬਨ ਜੇ ਕਰਨ ਲੱਗ ਪਏ ਤਾਂ ਤੁਹਾਡੇ ਇਤਿਹਾਸ ਜਿਹੜਾ ਹੈ ਉਹਦੇ ਵਿੱਚ ਥੋੜ੍ਹੀ ਜਿਹੀ ਰੁਕਾਵਟ ਆਏਗੀ। ਤੇ ਭਾਈ ਜਿੱਥੇ ਤੁਸੀਂ ਬੈਠੇ ਹੋ ਤੇ ਮੈਨੂੰ ਵੀ ਪਤਾ ਹੈ ਆਪ ਬੇਅੰਤ ਮਾਇਆ ਭੇਜ ਰਹੇ ਹੋ, ਮੈਂ ਵੇਖ ਰਿਹਾ। ਖੱਬੇ ਬਾਜੂ ਤੇ ਉੱਡਿਆ, ਉੱਡ ਕੇ ਫਿਰ ਸੱਜੇ ਬਾਜੂ ਤੇ ਬੈਠਾ ਭਾਈ ਸਾਹਿਬ ਭਾਈ ਬਿਧੀ ਚੰਦ ਜੀ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਅੱਜ ਤੁਹਾਡਾ ਬਾਜ ਇੱਕ ਨਵੇਂ ਢੰਗ ਦਾ ਕੋਈ ਕੌਤਕ ਕਰ ਰਿਹਾ। ਸਤਿਗੁਰੂ ਜੀ ਨੇ ਮੁਸਕਰਾ ਕੇ ਆਖਿਆ, ਭਾਈ ਸਾਹਿਬ ਜੀ ਤੁਸੀਂ ਠੀਕ ਕਿਹਾ, ਇਹ ਬਾਤ ਕੱਲ ਦੱਸੇਗਾ ਕਿ ਕੀ ਹੋਣ ਵਾਲਾ ਜੀ। ਬਾਬਾ ਬੁੱਢਾ ਸਾਹਿਬ ਭਾਈ ਸਾਹਿਬ ਭਾਈ ਗੁਰਦਾਸ ਜੀ ਸਿੱਖ ਪੰਥ ਦੇ ਮਹਾਨ ਰਾਈਟਰ ਤੇ ਹੋਏ ਨੇ, ਮਗਰ ਦੁਨੀਆ ਦੇ ਰਾਈਟਰਾਂ ਨੂੰ ਉਹਨਾਂ ਨੇ ਮੰਨਿਆ। ਉਹਨਾਂ ਆਖਿਆ, ਸਤਿਗੁਰੂ ਕੱਲ ਕੀ ਫੈਸਲਾ ਹੈ? 25 ਜੇਠ 1685 ਦਾ ਦਿਨ ਚੜ ਗਏ, ਦਰਬਾਰ ਸੱਜੇ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਹੁਕਮ ਦਿੱਤਾ ਹੈ। ਕਹਿਣ ਲੱਗੇ, ਬਹਾਦਰੋ ਆਓ, ਅੱਜ ਇੱਕ ਨਵੇਂ ਧਰਮ ਯੁੱਧ ਵਿੱਚ ਪਹਿਲਾ ਕਦਮ ਰੱਖਣਾ ਹੈ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਭਾਈ ਗੁਰਦਾਸ ਨੇ ਬੜੀ ਡੂੰਘੀ ਤੇ ਸੁੰਦਰ ਗੱਲ ਆਖੀ ਹੈ। ਇੱਕੋ ਹੀ ਸਕਿੰਟ ਆਪ ਜੀ ਦਾ ਲੈਣਾ ਚਾਹਵਾਂ। ਉਹਨਾਂ ਨੇ ਜਿਹੜੇ ਕਹਿੰਦੇ ਪੰਜ ਪਿਆਲੇ ਪੰਜ ਪੀਰ, ਕਈ ਵਾਰੀ ਸਵਾਲ ਹੋ ਜਾਂਦਾ ਹੈ ਵੀ ਪੰਜ ਪੀਰ ਤੇ ਹੋਏ ਗੁਰੂ ਅਰਜਨ ਸਾਹਿਬ ਦਾ ਤਾਂ ਕਹਿਰ ਪੰਜ ਪੀਰ, ਪਿਆਲੇ ਦਾ ਅਰਥ ਦੱਸੋ ਕੀ ਹੈ? ਕਈ ਵਾਰੀ ਸਾਡੇ ਸਵਾਲ ਹੋਇਆ, ਗਿਆਨੀ ਜੀ ਪਿਆਲਾ ਸ਼ਬਦ ਕਿਵੇਂ ਵਰਤਿਆ? ਪਿਆਲਾ ਤਾਂ ਭਾਸ਼ਾ ਸਾਡੀ ਪੰਜਾਬੀ ਦਾ ਆਮ। ਪੰਜ ਪਿਆਲੇ ਪੰਜ ਪੀਰ, ਪੰਜ ਪੀਰ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ, ਤੇ ਪਿਆਲੇ ਦਾ ਅਰਥ ਸਤ, ਸੰਤੋਖ, ਦਇਆ, ਧਰਮ, ਧੀਰਜ, ਇਹਨਾਂ ਨਾਲ ਨੱਕੋ ਨੱਕ ਸਨ, ਪਰਿਵਾਰ ਪਰਉਛਲ ਰਹੇ ਸਨ। ਯਾਨੀ ਪਿਆਲੇ ਦਾ ਅਰਥ ਹੈ ਭਰਪੂਰ, ਤੇ ਭਰਪੂਰ ਕਾਹਦੇ ਨਾਲ? ਇਹਨਾਂ ਪੰਜਾਂ ਚੀਜ਼ਾਂ ਨਾਲ, ਸੱਚ, ਸੰਤੋਖ, ਧਰਮ, ਧੀਰਜ, ਇਹਨਾਂ ਚੀਜ਼ਾਂ ਦੇ ਨਾਲ ਭਰਪੂਰ ਸਨ। ਇਹਦਾ ਅਰਥ ਭਾਈ ਸਾਹਿਬ ਭਾਈ ਗੁਰਦਾਸ ਨੇ ਇਹ ਦਿੱਤਾ ਹੈ, ਪੰਜ ਪਿਆਲੇ ਪੰਜ ਪੀਰ ਛਠਮ, ਛੇਵੇਂ ਗੁਰੂ ਹਰਗੋਬਿੰਦ ਸਿੰਘ ਆਖਿਆ ਛਠਮ ਪੀਰ ਬੈਠਾ ਗੁਰ ਭਾਰੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੇ ਆਖਿਆ ਘੋੜਿਆਂ ਤੇ ਪਾਓ ਕਾਠੀਆਂ, ਘੋੜ ਸਵਾਰ ਬਹਾਦਰ ਸਰਦਾਰ, ਅੱਜ ਪਹਿਲਾ ਦਿਨ ਹੈ, ਇਹ ਮਾਂ ਫੇਰਦੀ ਹੈ ਗੁਰਗੱਦੀ। ਗੁਰੂ ਨਾਨਕ ਸਾਹਿਬ ਕਹਿੰਦੇ ਸਨ, ਨਾਮ ਜਪੋ, ਵੰਡ ਛਕੋ, ਕਿਰਤ ਕਰੋ, ਮਾਲਾ ਫੇਰੋ, ਝਗੜਾ ਨਹੀਂ ਹੋਇਆ। ਤੇ ਇੱਕ ਹੋਰ ਵੀ ਗੁਜ਼ਾਰਿਸ਼ ਹੈ, ਗੁਰੂ ਨਾਨਕ ਸਾਹਿਬ ਨੇ ਆਖਿਆ ਅਸੀਂ ਇੱਕ ਦੇ ਪੁਜਾਰੀ ਹਾਂ, ਇੱਕ ਨੂੰ ਮੰਨਦੇ ਹਾਂ, ਨਾ ਹਮ ਹਿੰਦੂ ਨਾ ਮੁਸਲਮਾਨ। ਤੇ ਫਿਰ ਇੱਕ ਓੰਕਾਰ ਪਾ ਕੇ ਆਰੰਭਤਾ ਕਰ ਦਿੱਤੀ, ਇੱਕ ਦੇ ਪੁਜਾਰੀ ਹਾਂ। ਤੇ ਫਿਰ ਗੁਰੂ ਨਾਨਕ ਆਏ 10ਵੀਂ ਵਾਰ, 10 ਗੁਰੂ ਤੇ ਆਏ, ਉਹਨਾਂ ਦੇ ਵਕਤ ਦੇ ਮੁਤਾਬਕ ਕਿਹੜਾ ਕਿਹੜਾ ਜ਼ਾਲਮ ਬਾਦਸ਼ਾਹ ਆਇਆ, ਅੱਛਾ ਬਾਦਸ਼ਾਹ ਆਇਆ, ਕੌਣ ਆਇਆ, ਕਿਹੜਾ ਕਿਹੜਾ ਆਇਆ ਸੰਸਾਰ ਹਿੰਦੁਸਤਾਨ ਦਾ ਮਾਲਕ, ਉਹਦੇ ਮੁਤਾਬਕ ਸਾਹਮਣੇ ਹੋ ਕੇ ਵਿਚਰਨਾ ਪਿਆ ਗੁਰੂ ਨਾਨਕ ਸਾਹਿਬ ਨੂੰ। ਆਏ ਗੁਰੂ ਨਾਨਕ ਸਾਹਿਬ ਇਕੱਲੇ ਨੇ, ਔਰ 10 ਵਾਰ ਇਸ ਕਰਕੇ ਆਉਣਾ ਪਿਆ, ਹਿੰਦੁਸਤਾਨ ਦਾ ਧਾਰਮਿਕ ਮੁਲਕ 10ਵੀਂ ਵਾਰ ਆਉਣ ਤੱਕ ਸੁਧਰਦਾ ਨਹੀਂ ਸੀ। ਗੁਰੂ ਨਾਨਕ ਸਾਹਿਬ ਫਿਰ ਆਏ, ਫਿਰ 10ਵੀਂ ਵਾਰੀ ਆਏ, ਇੱਕ ਦੇ ਪੁਜਾਰੀ ਆ, ਅਸੀਂ ਇੱਕੋ ਹੀ ਸਾਡਾ ਗੁਰੂ ਆ, ਇੱਕ ਨੂੰ ਅਸੀਂ ਮੱਥਾ ਟੇਕਣਾ। ਤੇ 10ਵੇਂ ਨਾਨਕ ਨੇ ਪਹਿਲੀ ਇੱਕ ਲਿਖਿਆ, ਤੇ ਫਿਰ ਆ ਕੇ 10ਵੀਂ ਵਾਰ ਆਖਿਆ
आग्या भई अकाल की तवे चलायो पंथ, सब सिखन को हुक्म है गुरु मान्यो ग्रंथ। एक दे पुजारी है ना आपा, तो आओ गुरु अर्जन साहब जी महाराज ने सिख सरदारा बहादुर ने घोड़िया लाइया लै दिया ते किधर नु तुरे ने, 25 जेठ गर्मी दा जोर 1685 कहन लगे बहादुर अज पहला धर्म युद्ध ते नाल 25 जेठ 1685 नू बीबी वीरो जी दी शादी है। ध्यान बख्शिश करना, गुरबचन सिंह फौजी 25,000 30,000 40,000 लाख नहीं। खैर आप जी नाल मेरी सांझ काफी समय तो रही है, होर भी संगतां नाल रही है, इन्ना समा बीत आया है, अगे पता नहीं सतगुरु नूं किन्ना रहिंदा है। बस इसे तरह सब तो वड्डा ते सानू तुहाडा प्यार चाहिदा, तुहाडा सत्कार चाहिदा, जिहड़ा सानू दे रहे हो उहदे विच सब कुछ सानू आ रहे। तो आओ मैं बेनती कर रहा साहब जी की सेवा विच, साहिब गुरु अर्जन साहब जी महाराज वापस आ गए ते शाहजहां जदों ये गल सुनी कहन लगा है सिखां ने बाज खोले। वो कहते बाज भी खोलिया ते एक गल होर आखी है, उन्होंने राज खोण की गल भी की, जे राज बाज नूं छड्डो सहे नूं छड्डो पए की गल करो। दिन चढ़िया जनरल मीटिंग बुलाई है,
फौजी दस्ते बुला ले, बड़े बड़े जरनैल बुलाए। कह लगा है सरकारी तनखा लेने वाले हो, रैंक लगे ने सरकारी राशन, सरकारी पैसा राशन सरकारी, और हिंदुस्तान के बादशाह एक साथ डेरेदार। वो कहे मैं हिंदुस्तान का राज कौन है, शायद वो अपने पिता की शहीदी भुल गई हो। देखना जे साहिब गुरु हरगोबिंद साहब सच्चे पातशाह महाराज ते महाराज हिंदुस्तान का बादशाह कहता मैं शहनशाह बादशाह, ते साहिब गुरु हरगोबिंद पातशाह सच्चे पातशाह महाराज ने सिखा गया सिखो होमे नामे नाल विरोध है, दोए ना बस है एक थाए, हंकार च नहीं आना निर्मता च रहना। ते फिर महाराज कह लगा मैं सुनो मैं कौन हां, मैं गुरु नानक साहब जी दी गुरगद्दी दा सेवादार धन गुरु हरगोबिंद साहब महाराज निम्रता। ते फिर शहनशाह कौन कह रहे हैं, दुनिया दे राइटर कहणगे पहले धर्म योद्धा नहीं पत्थर आपा रखना अजे रबता है, ए सारी तैयारी हो रही है। ते शाहजहां बादशाह बस आप गुरुपा कह लगा हिंदुस्तान दा मैं बादशाह हूं, ते राग तलंग ढाडी राग आप जी विच कह रहे नहीं, साहिब गुरु हरगोबिंद साहिब जी महाराज के खिलाफ हिंदुस्तान दा बादशाह अपने कपड़े तो बाहर होके गल कर रहे हैं। कई बार असीं कहने आ राग मिर्जा कह रहे हैं, नहीं मिर्जे तो अगे सीमत भाई साहब भाई गुरदास ने खत्म कर दी, लेला मजनू आशकी चो जक्की जाती राजा हीर पछाणिए। फिर सोच बीजे की गल की है, सोनी महिवाल की गल की है, मिर्जा शब्द जरा ये हुए दे अर्थ हो असल राग तलंग ढाडी राग ओदे विच आप जी साहब ने ढाडी जथा पेश कर रहा है। शाहजहां दरबार लगा के अपने कर्मचारियों ने जोशीले पन फिर सिखा ने गुरु के खिलाफ की कुछ कह रहे हैं ओदा जिक्र आप जी के सामने चार लाइनों विच ढाडी जथा है क्यों पेश कर रहा है। ਪੰਜਾਹ ਪੰਜਾਹ ਸੌ ਸੌ ਰੁਪਿਆ
जी का बहुत बहुत धन्यवाद। अमृत साहब और मैं ये बेनती पहले करा, हाँ जी, मेरी सारे निगाह विच ने, मेरे मन विच वस रहे ने सुबेदार साहब जी तो लैके सारे सज्जन, तो कई बार अरदासा तकरीबन जे करन लग पे तो तुहाडा इतिहास जिहड़ा है उहदे विच थोड़ी जी रुकावट आएगी। ते भई जिते तुसीं बैठे हो ते मैनू भी पता है आप बेअंत माया भेज रहे हो, मैं वेख रहा, गुरु बनना होर गल है, गुरु होर गल है, गुरु बनने वाला ते शायद हाजरी पंडाल की कंध के परले पासे भी ना तुहाडी गल दिल दी जाने, मगर जिथे बैठे हो हजारां मीलां ते जाके लखां मीलां ते अरदास करो, गुरु नानक साहब बिरती कदे ना होवे जन की अरदास, नानक जहर गोबिंद का पूर्ण गुण खास। तो आओ ध्यान आप जी ने उत्थे रखना है, एक रास्ता एक मंजिल, छोटा संघर्ष छोटी जिंदगी, सीमित वक्त, मनुख नूं किसे मंदिर ते खड़ा कर दिंदा जाके, इसलिए आप जी का वक्त बहुत कीमती है। कामेश कह रहे सन डेढ़ घंटा बन सकता है, भाई शहनशाह का दरबार हो गए, सतगुरु ताकत सुशोभित हो, गुरु की साथ संगत, सरदार जरनैल सिंह के बेटे के विवाह दिया खुशियां च आप बैठे हो, भी ढाडी राग हुंदा हो, कामेश साहब दो घंटे तक भी चल सकता है, तुहाडे हुक्म की पालना की जाएगी, ऐसी कोई गल नहीं। तो आओ एक प्रसंग का सद कट के, क्योंकि मैनू पता है मैं फिर एक बार दोहरावा, दो बार दोहरावा, मैं तुहाडी तारीफ नहीं करता, मगर जिते बुलारे नू स्रोता मिल जाए उत्थे बुलारा अपने मन की जिहड़ी कुंडी है ना, जिहड़े अंदर जो ने अपनी जिंदगी च कमाया है, वो अपनी कमाई उस स्रोतिया के अगे रख देता, निशाबर कर देता, लगा नहीं, तो जो स्रोता ना मिले तो फिर बुलावा जोड़ा वो चुप करके अपनी संदूकड़ी की कुंडी नहीं जे खोलता है, इस गल का आप जी को भी पता है। तुसी आप महान हो, खोजी हो, स्रोते हो, इसलिए आप जी के नाल इतिहास मान साझी करने की कोशिश कर रहे हैं, मुकम्मल नहीं कोशिश। साहब जी के बाबत और शाहजहां ने दरबार लगाया अपने जरनैलों के फौजियों की कह रहे हैं, उसका जिक्र आप जी के सामने चाची जिता पेश कर रहे हैं, मूवी बन रही है। आज का यह दिन सरदार जरनैल सिंह जी का बेटा, उन्होंने शुभ विवाह दी खुशियों में पिंड डलिया कला खुले पंडाल में श्री गुरु ग्रंथ साहब जी महाराज की छत्र छाया के नीचे महान समागम में गुरु पंडा दास ढाडी जत्था ज्ञानी चरण सिंह भौरा लुधियाने वाले साथी भाई जोगिंदर सिंह, परमजीत सिंह और गुरभजन सिंह आप जी के नाल ढाडी राग साझा कर रहे हैं। एक याद आसपास कमेंट्री देती है, क्योंकि फिल्मों में याद आ रह जाती है, तो इसलिए गुजारिश की है, और नाले से अपने ढाडी जत्थे वालों सरदार जरनैल सिंह जी के परिवार को लख लख बधाई भेंट करते हुए साहिब गुरु अर्जन साहिब जी महाराज की ढाडी बात पेश है, जो कर रहे हैं
साहब जी का प्रसंग जो दास ने लिखे है, एक इतिहासक नोट मुहम्मद साहब मैदान विच गए ते आ वेखदे वेखदे हथों पाई दे विच उन्हां दा एक दंद टुट गया, दंद टुट गया ते लेखक जिहड़ा सी ना वारे शाह जिहने हीर वारद शाह लिखी है वह राइटर सी उस वक्त, वो लभदा रहा दो साल इतिहास दसदा है भी दो साल वो लभदा रहा भी मुहम्मद साहब का दंद टुट गया, लिखना की टुटिया तो जंग में है किसी ने मुक्का मारिया तो टुट गया जा युद्ध कर दिया टुट गया हथों पाई च टुटी है मगर लिखा की नबी है। सोच 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 के इतने पहुंचया कहना वारश नबी का दंद शहीद होया तकदीर ना किसी तो बिछदी है। शाहजहान ने शहीद शब्द नहीं वरतिया गुरु अर्जन देव नू एक कलम नाल अंकत असी करना है सानू करना है क्योंकि शाहजहान के अपने दरबार जहर उगल रहे हैं वह तो कहते हैं पिता को शहीद करवा लिया ये तो कह सकता है गुरु अर्जन साहब ने अपने पिता को पता के की हालात होया तो हूँ सुपने लेंदा है मगर जब गुरु अर्जन साहब जी का प्रसंग उन्होंने प्रकाश दिन से 400 साल से लिखन लगे दास उसने ये तथ जड़े सने सामने लिया गए इसलिए ढाडी सिंह शहीद शब्द वरत रहे हैं और शाहजहान कह रहा है पहला पिता शहीद करवा लिया वो तो भुल गया गुरु हुशियार हुण भुल गया इन बन के सिखा सने मेरे हवाले किया जाए अलैना आप जी की सेवा भेटा यह जाए।